morning, all of you. My name is Maninder Singh, School Government Senior Secondary School, Ratol, Tarantan, Block, Tarantan proper. My today's topic is football measurement ground. Today, I will tell you about the football ground measurement. What kind of ground should it be? First, it should be the direction from north to south. This is the length. ਉਹ 90 ਮੀਟਰ ਤੋਂ ਲੈ ਕੇ 110 ਮੀਟਰ ਤੱਕ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇਸ ਦੀ ਵਿਡਥ ਚੌੜਾਈ 64 ਤੋਂ ਲੈ ਕੇ 75 ਮੀਟਰ ਤੱਕ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਗੋਲ ਪੋਸਟ ਦੀ ਉਚਾਈ ਜਿਹੜੀ ਆ 2.44 ਮੀਟਰ ਹੋਣੀ ਚਾਹੀਦੀ ਆ। ਇਸ ਦੀ ਜਿਹੜੀ ਵਿਡਥ ਆ ਉਹ 7.32 ਮੀਟਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇਸ ਦਾ ਗੋਲ ਏਰੀਆ, ਗੋਲ ਏਰੀਆ ਪੋਲ ਤੋਂ ਅਸੀਂ ਫੀਤਾ ਲੈ ਕੇ 5.5 ਮੀਟਰ ਲਵਾਂਗੇ। ਉਸ ਤੋਂ ਬਾਅਦ ਫਿਰ ਪੋਲ ਤੋਂ ਲੈ ਕੇ ਪਲੈਂਟੀ ਏਰੀਆ ਜਿਹੜਾ ਮਾਰਕ ਕਰਨਾ ਵਾ ਉਹ 16.5 ਮੀਟਰ ਦਾ ਹੋਣਾ ਚਾਹੀਦਾ ਵਾ। ਉਸ ਤੋਂ ਬਾਅਦ 1 ਮੀਟਰ ਦੀ ਆਰਕ ਹੋਣੀ ਚਾਹੀਦੀ, ਇਹਦੇ ਵਿਚਕਾਰ ਆਪਾਂ ਫਲੈਗ ਲਗਾਵਾਂਗੇ ਜਿਹਦੇ ਵਿੱਚ 1.5 ਮੀਟਰ ਦੀ ਫਲੈਗ ਦੀ ਉਚਾਈ ਹੋ। ਇਹਦੇ ਵਿੱਚ ਪਲੈਂਟੀ ਮਾਰਕ ਆ ਉਹ ਆਪਣੀ ਐਂਡ ਗੋਲ ਲਾਈਨ ਤੋਂ ਲੈ ਕੇ 11 ਮੀਟਰ 'ਤੇ ਹੋਣਾ ਚਾਹੀਦਾ ਵਾ। 11 ਮੀਟਰ ਤੋਂ ਅਸੀਂ ਚਾਪ ਲਗਾਵਾਂਗੇ, ਫਿਰ ਆਪਣੀ ਬਣ ਜਾਏਗੀ ਪਲੈਂਟੀ ਆਰਕ। ਇਸ ਦੀ ਜਿਹੜੀ ਮੈਜ਼ਰਮੈਂਟ ਹੈ ਉਹ 9.15 ਮੀਟਰ ਦੀ ਹੋਣੀ ਚਾਹੀਦੀ ਹੈ। ਸੈਂਟਰ ਸਰਕਲ ਵੀ ਆਪਣਾ 9.15 ਦਾ ਹੋਣਾ ਚਾਹੀਦਾ ਵਾ ਅਤੇ ਆਪਣੀ ਹਰ ਇੱਕ ਜਿੰਨੇ ਵੀ ਇਹ ਪੁਆਇੰਟਸ ਹੈਗੇ ਆ ਇਹ ਸਾਰੇ 9.15 ਦੇ ਹੋਣਗੇ। ਥੈਂਕ ਯੂ।